ਕਲਾ ਤੇਰੇ ਭਾਣੇ ਸਰਬਾਦਾ ਪਲਾ। ਮਨ ਬਿਰਤੀਆਂ ਲੈ ਕੇ ਚੱਲੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। 6 ਜੂਨ 1984 ਨੂੰ ਘੇਰਾ ਪਿਆ। ਇਹ ਘੇਰੇ ਦੇ ਕੁਝ ਕਾਰਨ ਬਣਦੇ ਨੇ। ਇਹ ਕਾਰਨ ਇਹ ਬਣੇ ਸੀ, ਸੰਨ 1947 ਨੂੰ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਤੇ ਕੁਝ ਉਸ ਵਕਤ ਦੇ ਲੀਡਰਾਂ ਨੇ ਕੁਝ ਮੰਗਾਂ ਰੱਖੀਆਂ ਗਈਆਂ, ਮੰਗਾਂ ਮਨਾਈਆਂ ਗਈਆਂ ਆਪ ਜੀ ਦੇ ਲੀਡਰਾਂ ਵੱਲੋਂ, ਸਿੱਖ ਲੀਡਰਾਂ ਵੱਲੋਂ। ਉਹ ਮੌਕੇ ਦੇ ਲੀਡਰ ਸਾਰਾ ਕੁਝ ਹੀ ਮੁੱਕਰ ਗਏ ਸਨ। ਉਹ 17 ਸਰਤਾਂ ਸਨ। ਜੇ ਮੈਂ ਇੱਧਰੋਂ ਦੱਸਣ ਲੱਗ ਪਵਾਂ ਤਾਂ ਬੜਾ ਲਵੇਰਾ ਇਤਿਹਾਸ ਹੋ ਜਾਵੇਗਾ, ਮੈਂ ਟੂਕ ਮਾਤਰ ਹੀ ਗੱਲ ਕਰਾਂ। ਉਹ ਮੰਗਾਂ ਫਿਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੌਕੇ ਦੀ ਸਰਕਾਰ ਅੱਗੇ ਰੱਖੀਆਂ। ਜਦੋਂ ਮੌਕੇ ਦੀ ਸਰਕਾਰ ਅੱਗੇ ਮੰਗਾਂ ਰੱਖੀਆਂ ਗਈਆਂ, ਸਿੱਖ ਕੌਮ ਜਾਗਰਤ ਹੋਈ ਅਤੇ ਪੰਜਾਬ ਦੀ ਧਰਤੀ ਦੇ ਉੱਤੇ ਪ੍ਰਾਈਮ ਮਿਨਿਸਟਰ ਮਿਸਰ ਇੰਦਰਾ ਗਾਂਧੀ ਨੇ ਇੱਕ ਸਾਧ ਭੇਜਿਆ ਜਿਸ ਦਾ ਨਾਮ ਸੀ ਗੁਰਬਚਨਾ। ਉਹਨੇ ਸਿੱਖਾਂ ਦੇ ਆਣ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ। ਉਹ ਆਣ ਕੇ ਵੱਧ ਚੜ੍ਹਾ ਕੇ ਸਿੱਖਾਂ ਦੇ ਪ੍ਰਥਾਏ ਬੋਲਣ ਲੱਗਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਐਲਾਨ ਕੀਤਾ, ਜਿਹੜਾ ਉਸ ਦੁਸ਼ਟ ਨੂੰ ਸੋਧ ਕੇ ਆਵੇਗਾ ਉਹਨੂੰ ਸੋਨੇ ਦੇ ਵਿੱਚ ਤੋਲ ਦਿੱਤਾ ਜਾਵੇਗਾ। ਉਸ ਵਕਤ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ ਜੀ ਇਹ ਬੇਅਦਬੀ ਨੂੰ ਨਾ ਸਹਾਰਦੇ ਹੋਏ ਦਿੱਲੀ ਵਿੱਚ ਜਾ ਕੇ ਉਹਦਾ ਸੋਧਾ ਲਾ ਦਿੱਤਾ ਗਿਆ। ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਵਧਾ ਚੜ੍ਹਾ ਕੇ, ਉਹ ਅਖਬਾਰ ਦਾ ਰਜਿਸਟਰ ਸੀ ਜਿਹੜਾ ਵਧਾ ਚੜ੍ਹਾ ਕੇ ਬੋਲਣ ਲੱਗਾ, ਲਿਖਣ ਲੱਗਾ ਅਖਬਾਰਾਂ ਦੇ ਵਿੱਚ, ਉਹਨੂੰ ਵੀ ਸੋਧ ਦਿੱਤਾ ਗਿਆ। ਫਿਰ ਮੌਕੇ ਦੀ ਸਰਕਾਰ ਨੇ, ਬੀਬੀ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਵਾਰੰਟ ਇਸ਼ੂ ਕੀਤੇ ਸਨ। ਕਹਿੰਦੀ ਮੈਂ ਸੁਣਿਆ ਵਿੱਚ ਪੰਜਾਬ ਦੇ ਇੱਕ ਰਹਿੰਦਾ ਬੱਬਰ ਸ਼ੇਰ, ਉਹਦੀ ਸ਼ਾਨ ਨਿਰਾਲੀ ਵੱਖਰੀ, ਉਹ ਮਰਦ ਬੜਾ ਦਲੇਰ, ਉਹ ਤੀਰ ਰੱਖੇ ਵਿੱਚ ਹੱਥ ਦੇ, ਉਹਨੇ ਲਈ ਜੰਗ ਹੈ ਛੇੜ, ਮੈਨੂੰ ਸੁਪਨੇ ਆਉਂਦੇ ਚੰਦਰੇ, ਮੈਨੂੰ ਦਿਸਣ ਲੋਥਾਂ ਦੇ ਢੇਰ, ਮੈਂ ਆਰਡਰ ਕਰਦੀ ਫੌਜ ਨੂੰ ਉਹਨੂੰ ਲਓ ਮੈਦਾਨੀ ਕੇ। ਮੌਕੇ ਦੀ ਸਰਕਾਰ ਨੇ 6 ਲੱਖ ਫੌਜ ਭੇਜੀ ਆ, 4 ਜਰਨੈਲਾਂ ਸਮੇਤ, ਜਨਰਲ ਬਰਾਰ ਕੁਲਦੀਪ ਬਰਾਰ, ਜਨਰਲ ਵੈਦਿਆ, ਬ੍ਰਹਮ ਰਿਸ਼ਰਾ, ਜਨਰਲ ਰਣਜੀਤ ਦਿਆਲ। ਇਹ 4 ਜਰਨੈਲ ਲੈਫਟੀਨੈਂਟ ਜਨਰਲ ਜਿਹੜੇ ਸਨ ਫੌਜਾਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਰਵਾਨਾ ਹੋਏ ਸਨ, ਜਿਨ੍ਹਾਂ ਦੇ ਵਿੱਚ ਮਿਸਟਰ ਸਿਨਹਾ ਜਿਹੜਾ ਸੀ ਉਹ ਹਿੰਦੂ ਸੀ, ਸਭ ਤੋਂ ਪਹਿਲਾਂ ਉਹਨੂੰ ਕਮਾਂਡ ਦਿੱਤੀ ਗਈ ਸੀ ਜਿਹਨੇ ਹੱਥ ਖੜ੍ਹੇ ਕਰ ਦਿੱਤੇ ਸੀ। ਉਹਨੇ ਬੀਬੀ ਇੰਦਰਾ ਗਾਂਧੀ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਸੀ ਕਿ ਬੀਬੀ ਸਾਡੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਵੇਖ ਲਈ, ਕਦੇ ਮੱਸੇ ਰੰਗੜ ਨੇ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਪਲੰਘ ਲਾਇਆ ਸੀ, ਸਿੰਘ ਉਹਦਾ ਗਾਟਾ ਵੱਢ ਕੇ ਲੈ ਗਏ ਸਨ। ਜੇ ਆ ਕੇ ਮਾਈਕਲ ਅਡਵਾਰ ਨੇ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਤਸੱਦਦ ਕੀਤਾ ਸੀ ਸਿੱਖਾਂ ਦੇ ਉੱਤੇ, ਅਤੇ ਉਹਨਾਂ ਸਿੱਖਾਂ ਨੇ ਲੰਡਨ ਜਾ ਕੇ ਉਹਨੂੰ ਢਾ ਲਿਆ ਸੀ। ਇਹ ਸਾਰਾ ਕੁਝ ਸਮਝਾਉਣ ਦਾ ਯਤਨ ਕੀਤਾ ਪਰ ਨਾ ਮੰਨੀ। ਆਖਿਰ ਮਿਸਟਰ ਸਿਨਹਾ ਨੇ ਹੱਥ ਖੜ੍ਹੇ ਕਰ ਦਿੱਤੇ। ਇਹ 4 ਜਰਨੈਲ ਫਿਰ 6 ਲੱਖ ਫੌਜ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਰਵਾਨਾ ਹੋਏ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਸਮੇਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਸੀ, ਸਾਰੀਆਂ ਸੰਗਤਾਂ ਨੂੰ ਘੇਰਾ ਪਾ ਲਿਆ ਗਿਆ, ਕਿਸੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਆਖਿਰ 6 ਜੂਨ ਤੱਕ ਇਹ ਜੰਗ ਚੱਲੀ, ਜਿਨ੍ਹਾਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਬਹੁਤ ਸਾਰੀਆਂ ਸੰਗਤਾਂ ਸ਼ਹੀਦ ਹੋ ਗਈਆਂ। ਜਦੋਂ ਸ਼ਹੀਦ ਹੁੰਦੀਆਂ ਇਹ ਖਬਰਾਂ ਫਿਰ ਪਹੁੰਚਦੀਆਂ ਨੇ ਦਿੱਲੀ ਦੇ ਵਿੱਚ। ਹੁਣ ਤਾਂ ਟੈਲੀਫੋਨ ਹੈ, ਮੀਡੀਆ ਦਾ ਜ਼ਮਾਨਾ, ਝੱਟ ਹੀ ਇੱਥੋਂ ਦੀ ਖਬਰ ਬਾਹਰ ਦੇ ਦੇਸ਼ਾਂ ਤੱਕ ਪਹੁੰਚ ਜਾਂਦੀ ਹੈ। ਉਹ ਕੁਝ ਸਮਾਂ ਇਹੋ ਜਿਹਾ ਸੀ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਰੇਡੀਓ, ਜਿੰਨੇ ਵੀ ਟੈਲੀਫੋਨ ਇਹਨਾਂ ਦੇ ਸਾਰੇ ਕਨੈਕਸ਼ਨ ਕੱਟ ਦਿੱਤੇ ਗਏ ਸਨ ਕਿ ਕੋਈ ਵੀ ਖਬਰ ਬਾਹਰ ਨਾ ਜਾਵੇ। ਇੱਥੋਂ ਤੱਕ ਕਿ ਪੰਜਾਬ ਦੀ ਸਾਰੀ ਬਿਜਲੀ ਨੂੰ ਵੀ ਕੱਟ ਲਾ ਦਿੱਤਾ ਗਿਆ ਸੀ। ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਇਹ ਜਦੋਂ ਖਬਰਾਂ ਦਿੱਲੀ ਪਹੁੰਚੀਆਂ ਸਨ ਤਾਂ ਭਾਈ ਕੇਰ ਸਿੰਘ ਦਾ ਖੂਨ ਖੌਲ ਉੱਠਿਆ। ਭਾਈ ਕੇਰ ਸਿੰਘ ਇਹ ਗੱਲ ਨਾ ਸਹਾਰਦਾ ਹੋਇਆ ਜਾ ਪਹੁੰਚਾ ਗੁਰਦੁਆਰਾ ਬੰਗਲਾ ਸਾਹਿਬ। ਬੰਗਲਾ ਸਾਹਿਬ ਜਾ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦਾ, ਜੋਦੜੀਆਂ ਕਰਦਾ। ਉਹ ਕੀ ਕਹਿੰਦਾ? ਉਹਨਾਂ ਲੈਣਾਂ ਨੇ ਮੇਰੇ ਢਾਡੀ ਸਿੰਘ ਇਉਂ ਖਿੱਚ ਲਿਆ।
हाथ जोड़ के गुरां दे चरनी सीस निवा के हाथ जोड़ के गुरां दे चरनी सीस निवा के प्यासी खून दी सब को भुला के बड़ी प्यासी खून दी सब को भुला के
ਗੁਰਾਣਾ ਗੁਰੂ ਜੀ ਗਲ ਪੱਲਾ ਪਾ ਕੇ ਅਰਜ ਗੁਜਾਰਾ ਗੁਰੂ ਜੀ ਗਲ ਪੱਲਾ ਪਾ ਕੇ ਅਰਜ ਗੁਜਾਰਾ ਗੁਰੂ ਜੀ ਗਲ ਪੱਲਾ ਪਾ ਕੇ ਗੁਜਾਰਾ ਗੁਰੂ ਜੀ ਗਲ ਪੱਲਾ ਪਾ ਕੇ ਗਲ ਪੱਲਾ ਪਾ ਕੇ ਗਲ ਪੱਲਾ ਪਾ